ਈ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਤੇ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਨਾ ਸਮਾਨ ਜਾ ਲੈਂਦਾ ਸੀ ਤੇ ਉਹਦੀ ਤੁਹਾਨੂੰ ਮੈਂ ਇਹ ਕਲਿੱਪਾਂ ਵੇਖਲਾ ਹਾਂ ਕਰੇ ਤੇ ਉਹਦੀਆਂ ਕਲਿੱਪਾਂ ਬਣਾਈਆਂ ਵਾ ਤੇ ਉਹ ਜਾ ਕੇ ਤੇ ਪਹਿਲਾਂ ਉਹ ਕਲਿੱਪਾਂ ਤੁਹਾਨੂੰ ਮੈਂ ਅੱਗੇ ਐਡ ਕਰ ਦਿੰਦਾ ਉਹ ਦੇਖਿਓ ਤੇ ਫਿਰ ਬਾਅਦ ਚ ਆਪਾਂ ਦੇਖਦੇ ਹਾਂ ਲਾਈਟਾਂ ਲਾਉਣੀਆਂ ਕਿ ਨਹੀਂ ਉਹ ਵੀ ਕਲਿੱਪਾਂ ਨੇ ਸ਼ੂਟ ਕੀਤੀਆਂ ਇਹਦੇ ਪਰ ਪਤਾ ਨਹੀਂ ਹੁਣ ਕੱਟ ਹੋ ਗਈਆਂ ਉਹ ਪਤਾ ਨਹੀਂ ਕੀ ਚੱਕਰ ਬਣਿਆ ਮੈਂ ਮੈਂ ਬ੍ਰਿਕਾਡ ਤੇ ਸੈਂਡ ਕੀਤੀਆਂ ਮੈਂ ਬ੍ਰਿਕਾਡ ਕਰਪਟ ਹੋ ਗਿਆ ਤੇ ਚਲੋ ਜੀ ਹੁਣ ਆਪਾਂ ਅੱਗੇ ਕਰਦੇ ਹਾਂ ਸਟਾਰਟਿੰਗ ਵਲੌਗ ਦੀ ਤੇ ਗੰਤਾ ਵੜਾ ਆ ਟਰੈਕਟਰ ਅਵੇਲੇ ਬੱਲੇ ਬੱਲੇ ਚਲੋ ਜੀ ਹੁਣ ਤੁਹੀਂ ਪਹਿਲਾਂ ਉਹ ਕੁੜੀ ਪਾਂ ਦੇਖ ਕੇ ਆਓ ਹਾਂਜੀ ਅੱਜ ਆ ਜਾਗਾ ਵੀ ਕੱਲ ਵਲੌਗ ਲਾਉਣੀਆਂ ਲਾਈਟਾਂ ਆਪਾਂ ਕੱਲ ਆ ਤਾਂ ਉਹ ਤੋਂ ਇੱਕ ਦਿਨ ਪਹਿਲਾਂ ਦੇਣਾ ਤੇ ਇਹ ਮੈਂ ਮੈਂ ਕਿਹਾ ਚਲੋ ਜਿਹੜਾ ਸਪਾ ਸਮਾਨ ਲੈਂਦਾ ਇਹ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਕੀ ਕੀ ਸਮਾਨ ਆਪਾਂ ਲੈਂਦਾ ਵਾ ਤੇ ਫਿਰ ਆਪਾਂ ਮਤਲਬ ਕੀ ਕੱਲ ਲਾਉਣੀਆਂ ਸ਼ੁਰੂ ਕਰਨੀਆਂ ਵਾ ਤੇ ਇਹ ਸਮਾਨ ਦੇ ਵਿੱਚ ਲੈਟਾਂ ਵਾ ਇਹ ਮੇਰੇ ਸਹਾਨਾ 3 36 39 31 ਤੇ 32 ਇਹ 15 ਪੀਸ ਆ ਹਨਾ ਇਹ ਲੱਗਣੀਆਂ ਇੱਕ ਜਿਹੜਾ ਹੋਰ ਸਭ ਰਾਜ ਆ ਉਹਦੇ ਉਹਦੇ ਲੱਗਣੀਆਂ ਤੇ ਐਮਸੀ ਲ ਐਮਸੀ ਲ ਹਾਂ ਥਲੇ ਰੱਖ ਲੈਣਾ ਐਮਸੀ ਐਮਸੀ ਹੋ ਗਈ ਤੇ ਆ ਜਿਹੜੀਆਂ ਲੱਗ ਇੱਕ ਮਿੰਟ ਆ ਜਿਹੜੀਆਂ ਆਪਣੇ ਵਾਲੇ ਤੇ ਲੱਗਣੀਆਂ ਇਹ ਵੀ ਪੀਸ ਆ ਪੂਰੇ 20 ਪੀਸ ਆ ਇੱਕ ਮਨੇ ਵੀ ਪੂਰੇ ਪੂਰੇ ਜੁੜੇ ਆ ਜੇ ਆਪਣੇ ਲੱਗੇ 15 ਮਾਲੂ ਪੀ ਆਪਣੇ ਥੱਲੇ ਲੱਗੇ ਤੇ ਮੁੜ ਕੇ ਆਪਾਂ ਮਰ ਗਾਠਾਂ ਤਿੰਨ ਤਿੰਨ ਲਾਉਣੇ ਆ ਜਿਹਦੇ ਮੇਰੇ ਆਲੇ ਦੇ ਬਚੇ ਤਿੰਨ ਤਿੰਨ ਤੈਨਾ ਜੇ ਮਨੇ 15 ਥੱਲੇ ਲੱਗ ਗਿਆ ਤੇ 5 ਬਚੇ ਤੇ ਇੱਕ ਪੀਸ ਆ ਪਾਉਰ ਲਾਵਾਂਗੇ ਇੱਕ ਪੀਸ ਵਿਆਂ ਕਿਦਾ ਪੈਣਾ ਉਹ ਲਾ ਕੇ ਤੇ ਫਿਰ ਆਪਾਂ ਲਾ ਲਾਂਗੇ ਥੱਲੇ ਉਹਦੇ ਮਰ ਗਾਠਾਂ ਦੇ ਵਿੱਚ ਬਾਕੀ ਦੇਖਾਂਗੇ ਹੁਣ ਅੱਗੇ ਵੀ ਜਦ ਮੇਰੀ ਮੂਡ ਬਣ ਗਿਆ ਵੀ ਕੱਟ ਲਾਉਣੀਆਂ ਨੇ ਕਾਟ ਹੀ ਲਾਣਾ ਹੈ ਆ ਤਾਰ ਐਵੇਂ ਠੀਕ ਠਾਕ ਇਹ 5 ਰੁਪਏ ਮੀਟਰ ਪੈ ਗਈ ਤੇ ਇਹ ਮੇਰੇ ਸਾਹ ਨਾਲ 6 7 ਮੀਟਰ ਹੁਣੀ ਆ ਤੇ ਟਾਈਲੌਗ ਨੇ ਟਾਈਲੌਗ ਵੀ ਲਾਂਦੇ ਹੀ ਨਾ ਜਦੋਂ ਆਪਾਂ ਇੱਥੇ ਜੋੜ ਲਾਉਣਾ ਨਾ ਆ ਜਗ੍ਹਾ ਤੇ ਇੱਥੇ ਬਰਾਬਰ ਤਾਰ ਨਾਲ ਜਿੱਤਰਾ ਆਪਾਂ ਜੋੜ ਕੇ ਨਾ ਮੁੜ ਕੇ ਉੱਤੇ ਟੇਪ ਕਰਕੇ ਫਿਰ ਟਾਈਲੌਗ ਲਾਵਾਂਗੇ ਤਾਂ ਤਾਰ ਖਿੱਚੀ ਨਾ ਜਾਵੇ ਇਹ ਤਰ੍ਹਾਂ ਕਰਾਂਗੇ ਤੇ ਫਿਰ ਤਾਰ ਖਿੱਚੀ ਨਹੀਂ ਜਾਣੀ ਤੇ ਤੇ ਸੁੱੱਚ ਵੀ ਲਿਆਂਦੇ ਹੀ ਇੱਕ ਮੇਰੇ ਆਲੇ ਦੇ ਤਾਂ ਪਹਿਲਾਂ ਲੱਗੀਆਂ ਖੱਟੀਆਂ ਲੇਟਾਂ ਤੇ ਉਹਨਾਂ ਦਾ ਸੁੱੱਚ ਮੈਂ ਇੱਕ ਦਿਨ ਪੰਗੇ ਲੈਣੇ ਮਾ ਚਲੋ ਬਲਿੰਕ ਕਰਦੇ ਆ ਮੈਂ ਜਦ ਦੋ ਤਿੰਨ ਵਾਲੀ ਸੁੱੱਚ ਖਿੱਚਦਾ ਉਹ ਇੱਥੇ ਹੀ ਟੁੱਟ ਗਿਆ ਵਿੱਚੋਂ ਹੀ ਇੱਥੋਂ ਵਿੱਚੋਂ ਟੁੱਟ ਗਿਆ ਤੇ ਉਹ ਵੀ ਮੈਂ ਦਿਖਾਉਂਗਾ ਜੇ ਹੋਇਆ ਮੈਂ ਤੋਂ ਸੁੱੱਚ ਵੀ ਮੈਂ ਦਿਖਾਉਂਗਾ ਵੀ ਇੱਥੋਂ ਟੁੱਟਦਾ ਹੁੰਦਾ ਦੇ ਦੋ ਹੀ ਟੁੱਟਦਾ ਤੇ ਇੱਕ ਮਟੀਪ ਟੇਪ 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 ਇੱਕ ਉਹ ਮੈਂ ਟੇਪ ਵੀ ਲਿਆਂਦੀ ਮਤਲਬ ਸਾਰਾ ਸਮਾਨ ਰੈਡੀ ਆ ਸਾਡਾ ਬਾਕੀ ਫੈਬਿਕ ਫੈਬਿਕ ਮਤਲਬ ਕਿ ਜਿਹੜਾ ਦੂਜਾ ਆਪਣਾ ਭਾਈ ਆ ਜੀ ਟਰੇਡਰ ਦੇ ਲਾਉਣੀਆਂ ਫੈਬਿਕ ਕੋਤੋਂ ਆ ਤੇ ਬਾਕੀ ਦੇਖ ਲਾਂਗੇ ਜੇ ਘੱਟ ਥੁਰਦੀ ਹੋਈ ਤਾਂ ਆਪਾਂ ਲਾਵਾਂਗੇ ਪਰ ਲਾਉਣੀਆਂ ਇਸ ਹਿਸਾਬ ਨਾਲ ਕਿ ਇੱਥੋਂ ਪਹਿਲਾਂ ਲਾ ਕੇ ਨਾ ਇਹ ਡਬਲ ਸਾਈਡ ਟੇਪ ਲੱਗੀ ਆ ਵਗੈਰੇ ਸਾਰਿਆਂ ਨੇ ਮਤਲਬ ਕਿ ਟੋਟਲੀ ਮਗਰ ਲੱਗੀ ਇੱਕ ਮੈਂ ਤੁਹਾਨੂੰ ਦਿਖਾਉਣਾ ਟੋਟਲੀ ਮਗਰ ਲੱਗੀ ਪੈ 3M ਟੇਪ ਪਰ ਇਹ ਨਹੀਂ ਕਾਮਯਾਬ ਨਹੀਂ ਹੈ ਇਤਨਾ ਆਪਾਂ ਪਹਿਲਾਂ ਤਾਂ ਆਪਾਂ ਇੱਥੇ ਲਾਵਾਂਗੇ ਦੂਜਾ ਮਤਲਬ ਕਿ ਇੱਕ ਰੀਨਾ ਇਥੋਂ ਕੱਟ-ਕੱਟ ਕੇ ਇਕੱਲੀ-ਇਕੱਲੀ ਕਰ ਲਾਂਗੇ ਕਲੀ ਕਰ ਕਰਕੇ ਤੇ ਮੁੜ ਕੇ ਆਪਾਂ ਫਾਈਵ ਕਿੱਕ ਲਾ ਕੇ ਤੇ ਫਿਰ ਉੱਥੇ ਜੋੜਾਂਗੇ ਜੋੜ ਕੇ ਤੇ ਬਾਅਦ ਚ ਆਪਾਂ ਐਮਸੀ ਮਲਾ ਕੇ ਨਾ ਐਮਸੀ ਮਲਾ ਕੇ ਤੇ ਬਾਅਦ ਚ ਫਿਰ ਮਤਲਬ ਕਿ ਉੱਥੇ ਐਮਸੀ ਲਾ ਦਾਂਗੇ ਮਤਲਬ ਪੱਕਾ ਕੰਮ ਹੋ ਜੂਗਾ ਕੋਈ ਮਲ ਵੀ ਫਿਰ ਕੱਦੂ ਜਿਹਾ ਜਿਤਨਾ ਮਾਜੀ ਲਈ ਫਿਰ ਫਿਰ ਕੱਖ ਨਹੀਂ ਹੋਣਾ ਪਹਿਲੀ ਨਮੀ ਤਰ੍ਹਾਂ ਲਾਈਆਂ ਉਹ ਮੇਰੇ ਸਾਹ ਨਾਲ ਥੱਲੇ ਐਮਸੀ ਵੀ ਲੱਗੀ ਹੋਣੀ ਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਜਦੋਂ ਆਪਾਂ ਕੱਲ ਆਉਣੀ ਆ ਨਾ ਉਹਦੇ ਮੈਂ ਤੁਹਾਨੂੰ ਉਹ ਵੀ ਲਾਉਣੀ ਮੈਂ ਐਮਸੀਲ ਉਹ ਲੱਥੀ ਨਹੀਂ ਹੱਲੇ ਚਲੋ ਜੀ ਹੁਣ ਫਿਰ ਆਪਾਂ ਉੱਥੇ ਸ਼ਿਫਟ ਹੋਈਏ ਜਿੱਥੇ ਲਾਉਣੀਆਂ ਨੇ ਚਲੋ ਜੀ ਹਾਂਜੀ ਪਹਿਲਾਂ ਤੁਸੀਂ ਦੇਖ ਕੇ ਆ ਜੀ ਅਨਬਾਕਸਿੰਗ ਵਾਲੀ ਤੇ ਹੁਣ ਮੈਂ ਕਹਾਂ ਚਲੋ ਵੀਲੇ ਤੇ ਹੈਗੇ ਆ ਅੱਜ ਘਰੇ ਕਰਨ ਨੂੰ ਕੋਖ ਨਹੀਂ ਹੈਗਾ ਗੱਦੇ ਮਤਲਬ ਕਿ ਵੰਡੇ ਹੁੰਡੇ ਗਿਆ ਮੈਂ ਕੱਲ੍ਹ ਆ ਹੀ ਕਰਿਆ ਮਗਾ ਚੜੂ ਤਾਰ ਨਹੀਂ ਉਹਨਾਂ ਚ ਲਾ ਲੈਨੇ ਆ ਬਾਕੀ ਤਾਂ ਕਾਂ ਫੇਰ ਦੇਖ ਲਾਂਗੇ ਮਤਲਬ ਵੀ ਪਹਿਲਾਂ ਜਿਹੜੀਆਂ ਆਪਾਂ ਮਰਗਾਠਾਂ ਹੀ ਲਾਉਣੀਆਂ ਨੇ ਨਾ ਤਿੰਨ ਤਿੰਨ ਪਹਿਲਾਂ ਤਾਂ ਮੇਰਾ ਰੱਤਾ ਕਿ ਉਹ ਕੱਟ ਦੀਏ ਸਾਈਡ ਤੇ ਹਾਂ ਮੇਰਾ ਤਾਂ ਲਈ ਪੱਕਾ ਪਤਾ ਨਹੀਂ ਕਿ ਮੈਂ ਲਾਉਣੀਆਂ ਕਿ ਨਹੀਂ ਪਰ ਜਿਹੜਾ ਆਪਣਾ ਦੂਜਾ ਪਾਈ ਆ ਹਨਾ ਜਿਹਦੇ ਮਤਲਬ ਕਿ 15 ਲੱਗਨੇ ਪੀਸ ਉਹ ਕਹਿੰਦਾ ਵੀ ਮੈਂ ਮਰਗਾਠਾਂ ਹੀ ਲਾਉਣੀਆਂ ਹੀ ਲਾਉਣੀਆਂ ਨੇ ਤੇ ਤਿੰਨ ਤਿੰਨ ਕਹਿੰਦਾ ਪੀਸ ਲਾਉਣੇ ਆ ਤੇ ਤਿੰਨ ਤਿੰਨ ਆਪਾਂ ਕੱਟ ਕੇ ਹਨਾ ਪਹਿਲਾਂ ਉਹ ਟ੍ਰੈਕਟਰ ਤੋਂ ਮੈਜ਼ਰਮੈਂਟ ਕਰਾਉਂ ਕੀ 55 ਦੇ ਕਿੰਨੇ ਕ ਮਰਗਾ ਠਾ ਜਾਊਗੀ ਤੇ ਫਿਰ ਆਪਾਂ ਇਥੋਂ ਕੱਟ ਕੇ ਨਾ ਤੇ ਫਿਰ ਤੁਹਾਨੂੰ ਆਪਾਂ ਤਾਰ ਮਤਲਬ ਕਿ ਮੈਂ ਕੱਲਾ ਹੈਗਾ ਮੈਂ ਫੋਨ ਤੇ ਫੜਿਆ ਨਹੀਂ ਨਾ ਪਰ ਤਾਰਾ ਲਾਉਂਗਾ ਕਿ ਫੋਨ ਫੜੂੰਗਾ ਤੇ ਉਹੀ ਪਹਿਲਾਂ ਨਾ ਦੇਖ ਆਈਏ ਮੁੜ ਕੇ ਮੈਂ ਤੁਹਾਨੂੰ ਇੱਕ ਤੇ ਤਾਰ ਲਾ ਕੇ ਨਾ ਮਤਲਬ ਜੋੜ ਲਾ ਕੇ ਫਿਰ ਤੁਹਾਨੂੰ ਦੱਸੂਗਾ ਵੀ ਇਸ ਤਰ੍ਹਾਂ ਜੋੜ ਲੱਗਣੇ ਆ ਠੀਕ ਆ ਤੇ ਚਲ ਜੀ ਹੁਣ ਆਪਾਂ ਟਰੈਕਟਰ ਤੋਂ ਪਹਿਲਾਂ ਦੇਖ ਆਈਏ ਹਾਂਜੀ ਮੈਜ਼ਰਮੈਂਟ ਨਿਕਾ ਰਹਿਆਂ ਤੇ ਇਹਨਾਂ ਲਗਭਗ ਹਲੋ ਆ ਪੁਰਾਣੀ ਤਾਰ ਪਈ ਇਹਦੇ ਨਾਲ ਕਰਕੇ ਆਇਆ ਕਿ ਬਾਹ ਕਿ ਜਿੰਨੀ ਤਾਰ ਲਗਣੀ ਲਗਣੀ ਆ ਦੋਹਾਂ ਸਾਈਡਾਂ ਤੇ ਤੇ ਬਾਕੀ ਜਿਹੜੀ ਆਪਾਂ ਮੁੜ ਕੇ ਆਪਾਂ ਸੋਚ ਤੱਕ ਖੜਨੀ ਤਾਰ ਉਹ ਵੱਖਰੀ ਤੇ ਆ 6 ਲੇਟਾ ਆਪਾਂ ਵੱਖਰੀਆਂ ਕੱਢ ਲਈਆਂ ਵਾ ਤੇ ਆ ਨੌ ਵੱਖਰੀਆਂ ਜਿਹੜੀਆਂ ਮਲਕੀ 15 ਚ ਹੋਈ ਇਹ ਮੇਰਾ ਦੇਲੇ ਕੋ ਪੱਕਾ ਪਤਾ ਨਹੀਂ ਮੈਂ ਮਰ ਗਿਆ ਠਾਣ ਲਾਉਣੀਆਂਗੇ ਨਹੀਂ ਇਹ ਦੂਜੇ ਟਰੈਕਟਰ ਦੀਆਂ ਕੱਡੀਆਂ ਵਾ ਤੇ ਤਰੀਆਂ ਵੀ ਨਹੀਂ ਲਾਈ ਉਤਰਾ ਹੀ ਲੱਗੀ ਆ ਤੇ ਮੈਂ ਕਿਹਾ ਚਲੋ ਪਹਿਲਾਂ ਚਲਾ ਕੇ ਦੇਖ ਲਈਏ ਹਨਾ ਸਾਰੀਆਂ ਲੇਟਾਂ ਤੇ ਤਾਨੂੰ ਚਲਾ ਕੇ ਤੇ ਹੁਣ ਦਿਖਾਉਣੀ ਚਲਾ ਕੇ ਦਿਖਾਉਣੀ ਆ ਹਾਂਜੀ ਆ ਚੈੱਕ ਕਰ ਹੁਣ ਇਹ ਗੀਆਂ ਜਿਹੜੀਆਂ 6 ਲਾਈਟਾਂ ਹੈ ਨਾ ਇਹ ਉਹ ਆ 6 ਮੀਗੀ ਤ ਗਈ ਨਹੀਂ ਆ ਉਹ ਇੱਕ ਆ ਇਹ 6 ਆ ਹੁਣ 9 ਚਲਾ ਕੇ ਦਿਖਾਉਣਾ ਆ ਚੈੱਕ ਕਰ ਹੁਣ ਜਿਹੜੀਆਂ 9 ਲਾਈਟਾਂ ਹੈ ਨਾ ਤੇ 6 ਆ ਵੱਖਰੀਆਂ ਆ ਜਿਹੜੀਆਂ 9 ਆ ਤੇ ਹੁਣ ਆਪਾਂ ਹਾਂ ਚਲੋ ਆਪ ਦਿਹਾੜੀ ਨੀ ਕਰੀ ਲਈ ਪੁੱਤਰ ਮੈਂ ਚੈੱਕ ਤੇ ਕੀਤੀਆਂ ਆ ਤਾਰਾਂ ਲਾਗੇ ਨਹੀਂ ਦਿਖਾ ਸਕਦਾ ਕਿਉਂਕਿ ਕੱਲਾ ਜਾਣਾ ਫੋਨ ਹੀ ਫੜਨਾ ਉਧਰ ਬੰਦ ਕਰਕੇ ਰੱਖ ਦਿੱਦੀ ਆ ਤੇ ਹੁਣ ਮੈਂ ਤੁਹਾਨੂੰ ਆ ਚੈੱਕ ਕਰਾਦਾ ਤੇ ਮੁੜ ਕੇ ਆਪਾਂ ਵਾਇਰਿੰਗ ਸ਼ੁਰੂ ਕਰਦੇ ਹਾਂ ਫਿਰ ਇਹਨਾਂ ਦੀ ਠੀਕ ਆ ਚਲੋ ਹਾਂਜੀ ਆ ਚੈੱਕ ਕਰ ਹੁਣ 20 ਜਿਹੜੀਆਂ ਲੇਟਾ ਹੈ ਨਾ ਇਹ ਉਹ ਆ ਇੱਕ ਨੂੰ ਫੇਰ ਲਾ ਕੇ ਦਿਖਾਉਣਾ ਤਾਰੀਰ ਕੀ ਹੋ ਗਿਆ ਆ ਦੇਖ ਹੁਣ 20 ਜਿਹੜੀਆਂ ਉਹ ਆ ਤੇ ਇਹਨਾਂ ਲਾਲ ਮਲੂਕੀ ਘੱਟ ਖੇਲਦਾ ਰੰਗ ਬਦਣੀ ਕੀ ਚੱਕਰਾ ਉਤਰਾਣ ਜਿਹਨੇ ਪਹਿਨੋ yellow ਲੱਗੇ ਉਹ ਜ਼ਿਆਦਾ ਬ੍ਰਾਈਟ ਨੇ ਸੀ ਉਹਨਾਂ ਦੀ ਹੁਣ ਲਾ ਇਹ ਦੇਖਾਂਗੇ ਹੁਣ ਚੱਲੂ ਪਹਿਲਾਂ ਆਪਾਂ ਵਾਇਰਿੰਗ ਕਰ ਲਈਏ ਫਿਰ ਹੁਣ ਤੇ ਹਾਂਜੀ ਹੁਣ ਆਪਾਂ ਫਾਈਨਲੀ ਇਸ ਤਰ੍ਹਾਂ ਕਰ ਲਿਆ ਹੈ ਤੇ ਹੁਣ ਇਸ ਤਰ੍ਹਾਂ ਲਾਇਆ ਪਟਾਈ ਲੋਗ ਤੇ ਇਸ ਤਰ੍ਹਾਂ ਹੀ ਹੁਣ ਅੱਗੇ ਲਾਉਣੀਆਂ ਜਿਸ ਤਰ੍ਹਾਂ ਇੱਥੇ ਲਾ ਕੇ ਤਾਰ ਇੱਥੇ ਟਾਈ ਲੋਗ ਲਾਉਣੇ ਨੇ ਮੁੜ ਕੇ ਇੱਥੇ ਲਾਉਣੇ ਆ ਹਨਾ ਇਸ ਤਰ੍ਹਾਂ ਲਾ ਕੇ ਤੇ ਫਿਰ ਹੁਣ ਅੱਗੇ ਤੁਹਾਨੂੰ ਤੇ ਇੱਥੇ ਪੱਟੀ ਬੰਨੀ ਇੱਥੇ ਕਰਦ ਵੱਜ ਗਈ ਇਕ ਤੋਂ ਮੱਕਟਣਿਆ ਤੇ ਉਹ ਥੱਲੇ ਉਂਗਲ ਰੱਖੀ ਦਿਓ ਵੱਡੀ ਗਈ ਤੇ ਚਲੋਣ ਆਪਾਂ ਆ ਲਾ ਕੇ ਤੇ ਫਿਰ ਤੁਹਾਨੂੰ ਮੈਂ ਮਿਲਦਾ ਹਾਂ ਹਾਂਜੀ ਡਾਇਲੌਗ ਹੁਣ ਆਪਾਂ ਲਾ ਲਿਆ ਤੇ ਆ ਦੇਖੋ ਦੋ ਇੱਥੇ ਲਾਏ ਆ ਦੋ ਦੋ ਚਾਰ ਦੋ ਛੇ ਦੋ ਅੱਠ ਅੱਠ ਡਾਇਲੌਗ ਤਾਂ ਇੱਥੇ ਲੱਗ ਗਏ ਤੇ ਅੱਠ ਨੇ ਤੇ ਲੱਗਣੇ ਆ 8 8 16 16 ਤਾਂ ਇੱਥੇ ਲੱਗ ਗਏ ਹੁਣ ਅੱਗੇ ਦੇਖੋ ਕੀ ਬਣਦਾ ਮੈਂ ਜਿਆਦਾ ਡਾਇਲੌਗ ਹੋਰ ਲਿਆਉਣੇ ਪੈਣੇ ਆ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਤੇ ਬਾਕੀ ਇਹਨਾਂ ਇੱਥੋਂ ਆਪਾਂ ਮਤਲਬ ਕੀ ਪਹਿਲਾਂ ਆਪਾਂ ਤਾਰ ਪਾਈ ਐ ਹਲੜ ਤੂੰ ਆਪਾਂ ਇੱਥੋਂ ਕੱਟ ਕੇ ਨਾ ਇੱਥੋਂ ਤਾਰ ਕੱਟ ਕੱਟ ਕੇ ਮੁੜ ਕੇ ਆਪਾਂ ਇੱਥੇ ਪਹਿਲੇ ਤਾਰ ਪਾਈ ਇੱਕ ਟਾਈ ਲੋਕੇ ਦੇ ਇੱਧਰ ਲਾਤਾ ਇੱਕ ਟਾਈ ਲੋਕ ਇੱਧਰ ਲਾਦਾ ਵਿੱਚ ਘਾਰ ਜੋੜ ਆ ਗਿਆ ਇਤਰਾ ਖੇਚਣਾ ਪਊ ਤਾਰ ਨੂੰ ਮੁੜ ਕੇ ਦੂਜੇ ਪਾਸੇ ਵੀ ਆਪਾਂ ਇਤਰੇ ਕੀਤਾ ਸੇਮ ਹੈ ਨਾ ਮੁੜ ਕੇ ਮਤਲਬ ਉਹ ਤੋਂ ਅਗਲੇ ਪਾਸੇ ਤਾਰ ਦੇ ਉਹ ਵੀ ਆਪਾਂ ਇਤਰੇ ਕੀਤਾ ਉਹ ਤੋਂ ਲਾਸਟ ਜਿਹੜਾ ਜੋੜੀ ਉੱਤੇ ਵੀ ਆਪਾਂ ਇਤਰਾ ਕੀਤਾ ਤੇ ਇੱਥੋਂ ਆਪਾਂ ਗਾੜੀਆਂ ਛੱਡਤਾ ਲੈ ਗਾੜੀ ਵਾਲੇ ਕੋ ਪਲਾਨ ਤਾਂ ਨਹੀਂ ਲਾਈਟ ਲੜ ਲਾਉਂਦਾ ਪਰ ਦੇਖਾਂਗੇ ਜੇ ਬਣ ਗਿਆ ਤੇ ਲਾ ਦਾਂਗੇ ਜੇ ਮਤਲਬ ਕਿ ਟੈਰਾਂ ਟੁਰਾਂੇ ਬਾਤ ਚਲਵਾਨੀਆਂ ਹੋਈਆਂ ਤੇ ਇੱਥੋਂ ਹੀ ਤਾਰ ਫੇਰ ਖਿੱਚੀ ਜਾਊਗੀ ਥਾਣ ਤੇ ਬਾਕੀ ਹੁਣ ਦੇਖਦੇ ਆਂ ਵੀ ਅੱਗੇ ਹੁਣ ਉਹਨਾਂ ਤੇ ਲਾ ਗਏ ਤੇ ਫਿਰ ਤੁਹਾਨੂੰ ਮਿਲਦਾ ਹੁਣ ਮੈਂ ਹਾਂਜੀ ਹੁਣ ਆਪਾਂ ਦੂਹਾਂ ਦੇ ਲਾ ਲਿਆ ਵਾ ਤੇ ਇੱਥੇ ਹੀ ਨਾ ਮਲੇ 16 ਟਾਇਲੋਗ ਤੇ ਇੱਥੇ ਲੱਗ ਗਿਆ ਤੇ ਹੱਲੇ ਆਪਾਂ ਇਧਰੋਂ ਜਿੱਧਰੋਂ ਮਲੇ ਪੀਆ ਕਨੈਕਸ਼ਨ ਦੇਣੀ ਉਧਰ ਤੋਂ ਨੇ 2-2 ਚਾਰ ਟਾਇਲੋਗ ਹੋਰ ਲੱਗਣੇ ਆ ਤੇ ਹੁਣ ਅੱਗੇ ਦੇਖੋ ਕੀ ਬੰਦਦਾ ਵਾ ਇਹਨਾਂ ਦੀ ਤੇ ਕਨੈਕਸ਼ਨ ਹੋ ਗਿਆ ਹੁਣ ਦੂਜੀਆਂ ਜਿਹੜੀਆਂ ਲਾਈਟਾਂ ਨੇ ਜਿਹੜੀਆਂ ਥੱਲੇ ਲਾਉਣੀਆਂ ਵਾ ਤੇ ਉਹਨਾਂ ਦੇ ਮੇਰਰ ਦਾ ਕੀ ਆ ਜਿਹੜੀ ਜਗ੍ਹਾ ਬਚਣੀ ਹੈ ਨਾ ਉਹਨਾਂ ਤੇ ਟੇਪ ਕਰਦਾ ਤੇ ਬਾਕੀ ਹੁਣ ਦੇ ਦਿਆਂ ਟੇਪ ਹੋਈ ਥੋੜੀ ਰਹਿ ਗਈ ਆ ਭਰੀ ਹੀ ਤੇ ਸਾਰਾ ਕੁਝ ਉੱਡ ਚੱਲਿਆ ਡਾਇਲੌਗ ਇੰਨੇ ਲੱਗ ਗਏ ਆ ਇੰਨੇ ਡਾਇਲੌਗ ਲੱਗ ਗਏ ਤੇ ਇੰਨੇ ਕੀ ਰਹਿ ਗਏ ਆ ਤੇ ਚੱਲ ਜੀ ਹੁਣ ਤੁਹਾਨੂੰ ਫੇਰ ਅੱਗੇ